ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ, ਅਣਖ ਚੈਨਲ ਤੇ ਸਵਾਗਤ ਆ ਬਾਈ ਤੁਹਾਡਾ ਜੀ। ਬਹੁਤ ਬਹੁਤ ਸਵਾਗਤ ਕਰਦੇ ਹਾਂ ਵੀਡੀਓ ਕਰਨ ਲਈ। ਹੋਰ ਠੀਕ ਠਾਕ ਹੋ ਬਾਈ? ਬਹੁਤ ਵਧੀਆ ਬਾਬਾ ਜੀ। ਜਿਵੇਂ ਮੇਲੇ ਵਿੱਚ ਲਾ ਰਹੇ ਨਜ਼ਾਰੇ ਪੂਰੇ? ਪੂਰੇ ਬਾਈ, ਪੂਰੇ ਰੌਣਕਾਂ ਲੱਗੀਆਂ ਪਈਆਂ। ਤੇ ਕਿਹੜਾ ਪਿੰਡ ਆ ਬਾਈ ਦਾ? ਤਲਵੰਡੀ ਸਾਬੋ ਵੀਰੇ। ਖਾਸ ਹੀ ਤਲਵੰਡੀ ਸਾਬੋ ਵੀਰੇ। ਅੱਛਾ, ਤੇ ਕੀ ਨਾਮ ਆ ਤੁਹਾਡੇ ਘੋੜੇ ਦਾ ਬਾਈ? ਘੋੜੇ ਦਾ ਨਾਮ ਹੈਗਾ ਜੀ ਸਾਹਿਬ। ਮਿੰਟੂ ਵਾਲੇ ਅਰਜਨ ਦਾ ਬੱਚਾ ਜੀ। ਅੱਛਾ, ਮਿੰਟੂ ਵਾਲੇ ਅਰਜਨ ਦਾ ਬੱਚਾ ਹੈ? ਹਾਂਜੀ। ਅੱਛਾ, ਕਿੱਥੇ ਅਰਜਨ ਘੋੜਾ ਕਿੱਥੇ ਆ ਹੁਣ? ਉਹ ਤਾਂ ਬਾਈ ਮਿੰਟੂ ਕੋਲ ਸੀ ਜੀ, ਬਹੁਤ ਟਾਈਮ ਪਹਿਲਾਂ ਦੀ ਗੱਲ ਹੈ। ਕਿਹੜੇ ਪਿੱਛਾ ਤੁਸੀਂ? ਮਿੰਟੂ ਰੋਡਿਆਂ ਵਾਲੇ ਪਿੰਡ। ਅੱਛਾ, ਮਿੰਟੂ ਰੋਡਿਆਂ ਵਾਲੇ ਪਿੰਡ ਤੋਂ। ਤੇ ਤੁਹਾਡੇ ਕੋਲ ਕਿੰਨਾ ਟਾਈਮ ਹੋ ਗਿਆ ਇਹਨੂੰ? ਸਾਡੇ ਕੋਲ ਐਨੂੰ ਹੋ ਗਿਆ ਵੀਰੇ ਡੂਢ ਸਾਲ ਹੋ ਗਿਆ। ਅੱਛਾ, ਡੂਢ ਸਾਲ ਹੋ ਗਿਆ ਤੁਹਾਡੇ ਕੋਲ? ਤੇ ਤੁਸੀਂ ਕਿੰਨਾ ਚਿਰ ਹੋ ਗਿਆ ਰੱਖਦੇ ਨੂੰ? ਸਾਨੂੰ 4 ਕੁ ਸਾਲ ਹੋ ਗਏ ਵੀਰੇ ਰੱਖਦੇ ਨੂੰ। 4 ਸਾਲ ਹੋ ਗਏ? ਹਾਂਜੀ ਵੀਰੇ। ਦੇਖੋ ਦੋਸਤੋ, ਇਹ ਵੀ ਇੱਕ ਬਹੁਤ ਵਧੀਆ ਗੱਲ ਆ, 4 ਕੁ ਸਾਲਾਂ ਦਾ ਸ਼ੌਂਕ ਆ ਬਾਈਆਂ ਨੂੰ। 4 ਸਾਲਾਂ ਦੇ ਵਿੱਚ ਵੀ ਵਧੀਆ ਪ੍ਰਾਪਤੀਆਂ ਕੀਤੀਆਂ ਇਹਨਾਂ ਨੇ। ਤੇ ਤੁਸੀਂ ਸਰਵਿਸ ਲਈ ਤਿਆਰ ਆ? ਹਾਂ ਵੀਰੇ, ਸਟਾਰਟ ਸਰਵਿਸ। ਅੱਛਾ, ਤੇ ਰਿਜ਼ਲਟ ਰਿਜ਼ਲਟ ਕਿਵੇਂ ਆ ਬਾਈ? ਰਿਜ਼ਲਟ ਵੀਰੇ ਬਹੁਤ ਸੋਹਣੇ ਆ ਰਿਹਾ। ਇੱਕ ਬੱਚੀ ਇਹਦੀ ਸੰਦੀਪ ਕੋਲੇ ਆਲਮ ਵਾਲੇ ਕੋਲੇ। ਅੱਛਾ, ਹਾਂ ਉਹ 2-3 ਵਾਰ ਚੈਂਪੀਅਨ ਬਣ ਗਈ ਮੁਕਤਸਰ। ਅੱਛਾ, ਹਾਂਜੀ ਚੈਂਪੀਅਨ ਰਹੀ ਆ। ਹਾਂਜੀ, ਤੇ ਤੁਹਾਡੇ ਕੋਲੇ ਨੇ ਵੀ ਕੋਈ ਕੱਢਿਆ ਕੋਈ ਪ੍ਰਾਈਜ਼ ਇਹਨੇ? ਹਾਂ ਹਾਂ, ਇਹ ਵੀ ਵੀਰੇ ਸਾਰੰਗ ਖੇੜੇ ਚੇਤਕ ਫੈਸਟੀਵਲ ਚੋਂ ਦੂਸਰੇ ਸਾਨੂੰ ਨੰਬਰ ਤੇ ਆਇਆ ਸੀ, ਦੂਸਰੇ ਨੰਬਰ ਤੇ। ਅੱਛਾ, ਹਾਂਜੀ। ਕਿਹੜੇ ਸਨ ਚ? 2021 ਜੀ ਵੀਰੇ। ਅੱਛਾ, 2021 ਦੇ ਵਿੱਚ ਨੇ ਸੈਕੰਡ ਪੋਜੀਸ਼ਨ ਗੱਡੀ ਆ? ਹਾਂਜੀ, ਚੇਤਕ ਫੈਸਟੀਵਲ। ਚੇਤਕ ਫੈਸਟੀਵਲ ਸਾਧ ਖੇੜੇ ਚ। ਹਾਂਜੀ, ਬਹੁਤ ਵਧੀਆ। ਇਹਦੀ ਹਾਈਟ ਬਾਈ? ਹਾਈਟ ਹੈ ਜੀ ਵੀਰੇ 64+ ਆ ਜੀ। ਅੱਛਾ, 64+ ਦੀ ਹਾਈਟ ਆ? ਹਾਂਜੀ। ਤੇ ਆਪਣਾ ਏਜ? ਏਜ ਵੀਰੇ 7 ਸਾਲ। 7 ਸਾਲ ਉਮਰ ਹੈ ਜੀ। ਹਾਂ ਵੀਰੇ, ਤੇ ਸਵਾਰੀ ਸਵਾਰੀ ਵੀ ਕਰਾਉਂਦਾ ਬਾਈ ਵਧੀਆ? ਫਿਰ ਨਹੀਂ, ਵੈਸੇ ਉਹ ਮਾੜਾ ਮੋਟਾ ਗੇੜਾ ਦਿੰਦੇ ਨੇ, ਸਵਾਰੀ ਕਰਦੇ ਨੇ। ਸ਼ੌਂਕੀਆ ਤੌਰ ਤੇ ਗੇੜਾ ਦੇ ਦੇਣਗੇ। ਤੇ ਇਹਦੇ ਰਿਜ਼ਲਟ ਲਈ ਕੋਈ ਤੁਹਾਡੇ ਕੋਲੇ ਬੱਚਾ ਕੋਈ ਅੱਗੇ ਦਾ ਤੁਹਾਡੇ ਕੋਈ ਆਇਆ ਆਪਣੇ ਏਰੀਏ ਜਿੱਧਰ? ਆਪਣੇ ਏਰੀਏ 'ਚ ਵੀਰੇ ਇਹਦੇ ਮੰਨ ਕੇ ਚੱਲ ਵੀ ਆ ਹੁਣ ਘੋੜੀਆਂ ਸੋਹਣੀਆਂ ਇਹ ਤੋਂ, ਬਹੁਤ ਮੀਟ ਹੋਊਗਾ। ਪਹਿਲਾਂ ਇਹਦੇ ਮੰਨ ਕੇ ਚੱਲ ਵੀ ਉੱਧਰ ਚੈਨਿੰਗ ਨਹੀਂ, ਉੱਧਰ ਰਿਜ਼ਲਟ ਬਹੁਤ ਆਏ ਘੋੜੇ ਦੇ। ਅੱਛਾ, ਵੀ ਹੋਰ ਪਾਸੇ ਦੇ ਰਿਜ਼ਲਟ ਤੁਸੀਂ ਦੇਖਿਆ ਵੀ ਆਪਣੇ ਏਰੀਏ 'ਚ ਰਿਜ਼ਲਟ ਨਹੀਂ ਦੇਖਿਆ ਜੀ? ਰਿਜ਼ਲਟ ਦੇਖ ਕੇ ਖਰੀਦਿਆ ਸੀ ਵੀਰੇ ਆਪਾਂ ਰਿਜ਼ਲਟ? ਨਹੀਂ ਨਹੀਂ, ਆਪਣੇ ਏਰੀਏ 'ਚ ਹੁਣ ਇਸ ਟਾਈਮ ਕੋਈ ਆਉਣ ਵਾਲੇ? ਆਪਣੇ ਏਰੀਏ 'ਚ ਮੰਨ ਕੇ ਚਲੋ ਜੀ ਵਿੱਚ ਘੋੜੀਆਂ ਤਾਂ ਬਸ ਆ ਮੇਲੇ ਦੇ ਦਿਨਾਂ 'ਚ ਸੂ ਪੈਣਗੀਆਂ, 2-4 ਦਿਨਾਂ 'ਚ। ਠੀਕ, ਤੇ ਬਾਕੀ ਉਸ ਤੋਂ ਬਾਅਦ ਸੋਣਗੀਆਂ, ਹੁਣ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ ਆਪਣੇ ਏਰੀਏ 'ਚ। ਕਿੰਨੇ ਕੁ ਟਾਈਮ ਤੱਕ ਆ ਜਾਣਗੇ ਰਿਜ਼ਲਟ ਇਹਦੇ? 10 ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਆ ਜਾਣਗੇ ਇਹਦੇ। ਹਾਂਜੀ ਦੋਸਤੋ, ਬਾਈ ਦੇ ਘੋੜੇ ਦੇ 10-15 ਦਿਨਾਂ ਦੇ ਵਿੱਚ ਇਹਦੇ ਰਿਜ਼ਲਟ ਆ ਜਾਣਗੇ ਆਪਣੇ ਸਾਹਮਣੇ ਵੀ ਕਿੱਦਾਂ ਦਾ ਰਿਜ਼ਲਟ ਆ। ਤੇ ਜੇ ਵਧੀਆ ਰਿਜ਼ਲਟ ਆਉਂਦਾ ਬਾਈ ਦੇ ਘੋੜੇ ਦਾ ਤਾਂ ਬਾਈ ਨੂੰ ਜ਼ਰੂਰ ਸੰਪਰਕ ਕਰਿਓ, ਮਿਲਿਓ ਹਨਾ। ਤੇ ਤੁਹਾਡਾ ਮੋਬਾਈਲ ਨੰਬਰ ਬੋਲ ਦਿਓ ਬਾਈ ਆਪਣਾ। 9464-053-020 ਬਾਈ ਦਾ ਬੋਰਡ ਤੇ ਵੀ ਲਿਖਿਆ ਨੰਬਰ ਤੇ ਅਸੀਂ ਆਪਦੇ ਚੈਨਲ ਦੇ ਸਕਰੀਨ ਤੇ ਵੀ ਲਾਵਾਂਗੇ ਹਨਾ। ਤੇ ਬਾਈ ਨਾਲ ਤੁਸੀਂ ਕਰ ਲਿਓ ਸੰਪਰਕ। ਤੇ ਬਾਈ ਤਲਵੰਡੀ ਤੋਂ ਹੈਗਾ ਲੋਕਲ, ਇੱਥੋਂ ਨਵੇਂ ਮੁੰਡੇ ਆ, ਇਹਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਤੇ ਵਧੀਆ ਅੱਗੇ ਵਿਚਾਰੇ ਹੋਰ ਤਰੱਕੀਆਂ ਕਰ ਲੈਣ। ਹੋਰ ਵੀ ਜਾਨਵਰ ਆ ਕੋਈ ਬਾਈ ਆਪਣੇ ਕੋਲ? ਹਾਂ ਹੋਰ ਵੀਰੇ। ਅੱਛਾ, ਹੋਰ ਕੀ ਕੁਝ ਰੱਖਿਆ ਹੋਇਆ? ਹੋਰ ਵੀਰੇ 2 ਘੋੜੀਆਂ ਕਰੇ। ਅੱਛਾ, ਤੇ 2 ਵਛੇਰ। ਅੱਛਾ, ਇਹਦਾ ਤੁਸੀਂ ਨਿਵੇਸ਼ ਵਾਸਤੇ ਲਿਆਇਆ ਸੀ? ਹਾਂ ਵੀਰੇ, ਨਿਵੇਸ਼ ਵਾਸਤੇ ਲਿਆਇਆ। ਕੋਈ ਸੇਲ ਪਰਚੇਜ ਵਾਸਤੇ ਵੀ ਲਿਆਇਆ ਕੋਈ ਜਾਨਵਰ? ਹਾਂ, ਸੇਲ ਪਰਚੇਜ ਵਾਸਤੇ ਉਹ ਖੜੀਆਂ ਜੀ ਮੈਡਮ। ਅੱਛਾ, ਉਧਰ ਖੜੀਆਂ 2 ਘੋੜੀਆਂ, ਉਹ ਤੁਸੀਂ ਉਹ ਵੀ ਦਿਖਾ ਦਿਓ ਜੀ ਸੇਲ ਪਰਚੇਜ ਵਾਸਤੇ, ਉਹ ਵੀ ਦਿਖਾ ਦੇ ਭਾਈ ਹੋਏ। ਇਹ ਵੀ ਵਧੀਆ ਬਾਈ ਯਾਰ, ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜਿਵੇਂ ਕਹਿੰਦੇ, ਨਾਲੇ ਸ਼ੌਂਕ ਆ ਨਾਲੇ ਬਿਜ਼ਨਸ ਆ, ਨਾਲੇ ਆਉਣ ਵਾਲੇ ਟਾਈਮ ਦੇ ਵਿੱਚ ਚਲੋ ਆਪਦਾ ਕਾਰੋਬਾਰ ਵੱਧਦਾ ਹਨਾ। ਜੇਕਰ ਆਪਾਂ ਤਾਂ ਮਨੋ ਕੋਈ ਵੀ ਕਿਸੇ ਵੀ ਚੀਜ਼ ਤੇ ਆਪਾਂ ਆਪਦੀ ਮਿਹਨਤ ਕਰਦੇ ਹਾਂ ਤਾਂ ਮਿਹਨਤ ਨਾਲ ਹੀ ਹੈ ਵੀਰੇ ਸਾਹਿਬ। ਹਾਂ, ਇਹ ਚੀਜ਼ ਮਿਹਨਤੀ ਭਾਲਦੀ ਹੈ ਵੱਡੀ। ਬਿਲਕੁਲ ਬਾਈ ਬਿਲਕੁਲ, ਬੰਦੇ ਨੂੰ ਉੱਤੇ ਰਹਿਣਾ ਪੈਂਦਾ ਵੀ ਇੱਕ ਨੂੰ ਤਾਂ ਹਨਾ। ਦੋਵਾਂ ਚੀਜ਼ਾਂ ਭਾਲਦੀ ਹੈ, ਮਿਹਨਤ ਤੇ ਸਬਰ। ਹਾਂ, ਪਰਮਾਤਮਾ ਸਭ ਵਾਲੀ ਰੱਖੇ ਤਾਂ ਇੱਕ ਦਿਨ ਮਿਹਨਤ ਜ਼ਰੂਰ ਅੰਗ ਲਿਆਉਂਦੀ ਆ। ਚਲੋ ਠੀਕ ਆ ਬਾਈ, ਅਣਖ ਨੂੰ ਟਾਈਮ ਦੇਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ। ਮਿਲਦੇ ਆ ਫਿਰ ਹਨਾ।